ਹੈਪੀ ਸਮਾਚਾਰ ਚ ਦੋਸਤੋ ਤੁਹਾਡੇ ਸਾਰਿਆਂ ਦਾ ਵੈਲਕਮ ਹੈ। ਦੋਸਤੋ ਇੱਥੇ ਕਈ ਲੀਡਰ ਹੈ ਉਹ ਚਿੱਟੇ ਨੂੰ ਖਤਮ ਕਰਨ ਲਈ ਅਫੀਮ, ਡੋਡੇ, ਭੁੱਕੀ, ਭੰਗ ਆਦਿ ਨਸ਼ਿਆਂ ਦੀ ਗੱਲ ਕਰਦੇ ਨੇ ਕਿ ਇਹਨਾਂ ਨਸ਼ਿਆਂ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਚਿੱਟੇ ਨੂੰ ਖਤਮ ਕਰ ਸਕੀਏ। ਮੈਨੂੰ ਲੱਗਦਾ ਦੋਸਤੋ ਕਈ ਲੀਡਰਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਪੰਜਾਬ 'ਚ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ, ਉਹਨਾਂ ਦੀ ਵੋਟ ਵੀ ਬਹੁਤ ਜ਼ਿਆਦਾ, ਇਸ ਕਰਕੇ ਉਹਨਾਂ ਬਾਰੇ ਵੀ ਗੱਲ ਕੀਤੀ ਜਾਵੇ। ਦੋਸਤੋ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੀ ਇਸ ਬਾਰੇ ਚਰਚਾ ਹੋਈ ਸੀ ਕਿ ਚਿੱਟੇ ਨੂੰ ਖਤਮ ਕਰ ਲਈ, ਸਿੰਥੈਟਿਕ ਨਸ਼ੇ ਨੂੰ ਖਤਮ ਕਰ ਲਈ ਦੂਜੇ ਨਸ਼ਿਆਂ ਦੀ ਪਰਮਿਸ਼ਨ ਦਿੱਤੀ ਜਾਵੇ। ਦੋਸਤੋ ਉਸ ਤੋਂ ਬਾਅਦ ਕਈ ਜਗ੍ਹਾ ਤੋਂ ਪੁਲਿਸ ਨੇ ਜਿਹੜੇ ਅਫੀਮ ਦੇ ਬੂਟੇ ਹੈ ਉਹ ਫੜੇ ਸੀ। ਲੋਕ ਕਿਤੇ ਵੀ ਅਫੀਮ ਦੇ ਬੂਟੇ ਲਾ ਰਹੇ ਸੀ, ਉਹਨਾਂ ਨੂੰ ਐਂ ਨਹੀਂ ਪਤਾ ਸੀ ਕਿ ਵਿਧਾਨ ਸਭਾ ਦੇ ਵਿੱਚ ਇਸ ਦੀ ਚਰਚਾ ਹੋਈ ਸੀ, ਕਾਨੂੰਨੀ ਬਣਿਆ ਸੀ। ਇਹ ਤਾਂ ਸਾਲੇ ਸੀਰੀਅਸ ਹੀ ਲੈ ਗਏ। ਦੋਸਤੋ ਪਟਿਆਲਾ ਤੋਂ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਜੀ ਦਾ ਬਿਆਨ ਆਇਆ ਕਿ 5 ਤੋਂ 35 ਜਿਹੜੇ ਭੰਗ ਦੇ ਬੂਟੇ ਆ ਉਹ ਘਰ ਦੇ ਪਿਛਵਾੜੇ ਦੇ ਵਿੱਚ ਲਾਉਣ ਦੀ ਪਰਮਿਸ਼ਨ ਦਿੱਤੀ ਜਾਵੇ। ਮੈਂ ਸੋਚਦਾ ਦੋਸਤੋ ਇਕੱਠੇ ਹੀ 35 ਬੂਟੇ ਭੰਗ ਦੇ ਕੋਈ ਰਗੜ ਕੇ ਪੀ ਗਿਆ, ਉਸ ਤੋਂ ਬਾਅਦ ਵੋਟ ਪਾਉਣ ਚਲਾ ਗਿਆ, ਉਹਨੇ ਤਾਂ ਮਸ਼ੀਨ ਦੇ ਸਾਰੇ ਬਟਨ ਨੱਪ ਗਈ, ਸਾਰੀਆਂ ਪਾਰਟੀਆਂ ਨੂੰ ਵੋਟ ਪਾਉਣੀ। ਦੋਸਤੋ ਇਸ ਤੋਂ ਇਲਾਵਾ ਡਾਕਟਰ ਧਰਮਵੀਰ ਗਾਂਧੀ ਜੀ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਇਹਦੀ ਪਰਮਿਸ਼ਨ ਹੈਗੀ ਹੈ, ਇੱਥੇ ਪਰਮਿਸ਼ਨ ਕਿਉਂ ਨਹੀਂ ਦਿੱਤੀ ਜਾਂਦੀ? ਤੁਸੀਂ ਘਰ ਦੇ ਪਿਛਵਾੜੇ ਦੀ ਗੱਲ ਕਰਦੇ ਹੋ, ਜੇ ਇੱਥੇ ਪਰਮਿਸ਼ਨ ਦੇ ਦਿੱਤੀ ਤਾਂ ਉਹਨਾਂ ਨੇ ਘਰ ਦੇ ਪਿਛਵਾੜੇ ਨਹੀਂ ਸਗੋਂ ਅੱਗੇ ਪਿੱਛੇ ਉੱਪਰ ਨੀਚੇ ਸੱਜੇ ਖੱਬੇ ਸਾਰੇ ਪਾਸੇ ਹੀ ਭੰਗ ਦੇ ਬੂਟੇ ਲਾ ਦੇਣੇ ਆ, ਫਿਰ ਤਾਂ ਦੋਸਤੋ ਉਹੀ ਗੱਲ ਹੋਣੀ। ਸਾਰਾ ਦਿਨ ਲੱਗਾ ਰਹਿੰਦਾ ਭੰਗ ਕਰਕੇ, ਭੰਗ ਕਰਕੇ, ਭੰਗ ਕਰਕੇ। ਹੈਪੀ ਸਮਾਚਾਰ ਚ ਦੋਸਤੋ ਤੁਹਾਡੇ ਸਾਰਿਆਂ ਦਾ ਵੈਲਕਮ ਹੈ। ਦੋਸਤੋ ਇੱਥੇ ਕਈ ਲੀਡਰ ਹੈ ਉਹ ਚਿੱਟੇ ਨੂੰ ਖਤਮ ਕਰਨ ਲਈ ਅਫੀਮ, ਡੋਡੇ, ਭੁੱਕੀ, ਭੰਗ ਆਦਿ ਨਸ਼ਿਆਂ ਦੀ ਗੱਲ ਕਰਦੇ ਨੇ ਕਿ ਇਹਨਾਂ ਨਸ਼ਿਆਂ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਚਿੱਟੇ ਨੂੰ ਖਤਮ ਕਰ ਸਕੀਏ। ਮੈਨੂੰ ਲੱਗਦਾ ਦੋਸਤੋ ਕਈ ਲੀਡਰਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਪੰਜਾਬ 'ਚ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ, ਉਹਨਾਂ ਦੀ ਵੋਟ ਵੀ ਬਹੁਤ ਜ਼ਿਆਦਾ, ਇਸ ਕਰਕੇ ਉਹਨਾਂ ਬਾਰੇ ਵੀ ਗੱਲ ਕੀਤੀ ਜਾਵੇ। ਦੋਸਤੋ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੀ ਇਸ ਬਾਰੇ ਚਰਚਾ ਹੋਈ ਸੀ ਕਿ ਚਿੱਟੇ ਨੂੰ ਖਤਮ ਕਰ ਲਈ, ਸਿੰਥੈਟਿਕ ਨਸ਼ੇ ਨੂੰ ਖਤਮ ਕਰ ਲਈ ਦੂਜੇ ਨਸ਼ਿਆਂ ਦੀ ਪਰਮਿਸ਼ਨ ਦਿੱਤੀ ਜਾਵੇ। ਦੋਸਤੋ ਉਸ ਤੋਂ ਬਾਅਦ ਕਈ ਜਗ੍ਹਾ ਤੋਂ ਪੁਲਿਸ ਨੇ ਜਿਹੜੇ ਅਫੀਮ ਦੇ ਬੂਟੇ ਹੈ ਉਹ ਫੜੇ ਸੀ। ਲੋਕ ਕਿਤੇ ਵੀ ਅਫੀਮ ਦੇ ਬੂਟੇ ਲਾ ਰਹੇ ਸੀ, ਉਹਨਾਂ ਨੂੰ ਐਂ ਨਹੀਂ ਪਤਾ ਸੀ ਕਿ ਵਿਧਾਨ ਸਭਾ ਦੇ ਵਿੱਚ ਇਸ ਦੀ ਚਰਚਾ ਹੋਈ ਸੀ, ਕਾਨੂੰਨੀ ਬਣਿਆ ਸੀ। ਇਹ ਤਾਂ ਸਾਲੇ ਸੀਰੀਅਸ ਹੀ ਲੈ ਗਏ। ਦੋਸਤੋ ਪਟਿਆਲਾ ਤੋਂ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਜੀ ਦਾ ਬਿਆਨ ਆਇਆ ਕਿ 5 ਤੋਂ 35 ਜਿਹੜੇ ਭੰਗ ਦੇ ਬੂਟੇ ਆ ਉਹ ਘਰ ਦੇ ਪਿਛਵਾੜੇ ਦੇ ਵਿੱਚ ਲਾਉਣ ਦੀ ਪਰਮਿਸ਼ਨ ਦਿੱਤੀ ਜਾਵੇ। ਮੈਂ ਸੋਚਦਾ ਦੋਸਤੋ ਇਕੱਠੇ ਹੀ 35 ਬੂਟੇ ਭੰਗ ਦੇ ਕੋਈ ਰਗੜ ਕੇ ਪੀ ਗਿਆ, ਉਸ ਤੋਂ ਬਾਅਦ ਵੋਟ ਪਾਉਣ ਚਲਾ ਗਿਆ, ਉਹਨੇ ਤਾਂ ਮਸ਼ੀਨ ਦੇ ਸਾਰੇ ਬਟਨ ਨੱਪ ਗਈ, ਸਾਰੀਆਂ ਪਾਰਟੀਆਂ ਨੂੰ ਵੋਟ ਪਾਉਣੀ। ਦੋਸਤੋ ਇਸ ਤੋਂ ਇਲਾਵਾ ਡਾਕਟਰ ਧਰਮਵੀਰ ਗਾਂਧੀ ਜੀ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਇਹਦੀ ਪਰਮਿਸ਼ਨ ਹੈਗੀ ਹੈ, ਇੱਥੇ ਪਰਮਿਸ਼ਨ ਕਿਉਂ ਨਹੀਂ ਦਿੱਤੀ ਜਾਂਦੀ? ਤੁਸੀਂ ਘਰ ਦੇ ਪਿਛਵਾੜੇ ਦੀ ਗੱਲ ਕਰਦੇ ਹੋ, ਜੇ ਇੱਥੇ ਪਰਮਿਸ਼ਨ ਦੇ ਦਿੱਤੀ ਤਾਂ ਉਹਨਾਂ ਨੇ ਘਰ ਦੇ ਪਿਛਵਾੜੇ ਨਹੀਂ ਸਗੋਂ ਅੱਗੇ ਪਿੱਛੇ ਉੱਪਰ ਨੀਚੇ ਸੱਜੇ ਖੱਬੇ ਸਾਰੇ ਪਾਸੇ ਹੀ ਭੰਗ ਦੇ ਬੂਟੇ ਲਾ ਦੇਣੇ ਆ, ਫਿਰ ਤਾਂ ਦੋਸਤੋ ਉਹੀ ਗੱਲ ਹੋਣੀ। ਸਾਰਾ ਦਿਨ ਲੱਗਾ ਰਹਿੰਦਾ ਭੰਗ ਕਰਕੇ, ਭੰਗ ਕਰਕੇ, ਭੰਗ ਕਰਕੇ।